ਕਰ ਰਹੇ ਹਾਂ, 2003 ਤੋਂ ਲੱਗੇ ਹੋਏ ਹਾਂ, ਫਿਰ ਵੀ ਅਸੀਂ ਧੱਕੇ ਖਾ ਰਹੇ ਹਾਂ। ਹਰ ਸਰਕਾਰ ਸਾਨੂੰ ਕਹਿੰਦੀ ਹੈ ਕਿ ਅਸੀਂ ਪੱਕੇ ਕਰਾਂਗੇ। ਭਗਵੰਤ ਮਾਨ ਜੀ ਨੇ ਐਲਾਨ ਕੀਤਾ ਸੀਗਾ ਜੀ 6000 ਟੀਚਰ ਅਤੇ 417 ਮੋਟੀਵੇਟਰ, 6000 ਟੀਚਰ ਅਤੇ 17 ਮੋਟੀਵੇਟਰ ਵੀ ਇਹਨਾਂ ਨੂੰ ਮਹਿਕਮੇ ਦੇ ਵਿੱਚ ਜਿਹੜੇ ਜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋਣਗੇ। ਸੋ ਉਹ ਵੀ ਜਿਹੜੇ ਨੇ ਵਾਅਦੇ ਉਹ ਹੋਕੇ ਹੀ ਨਿਕਲ ਗਏ ਜੀ। ਔਰ 1999 ਤੋਂ ਇਹ ਸਟੱਡੀ ਹੈ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਕੰਮ ਕਰ ਰਹੀ ਆ, 750 ਮੁਲਾਜ਼ਮ ਹੈ। ਅਤੇ ਹੁਣ ਜਿਹੜੇ 10 ਸਾਲਾਂ ਦਾ ਪੋਰਟਲ ਭਰਿਆ ਉਹਦੇ ਵਿੱਚ ਵੀ 210 ਤੋਂ ਜ਼ਿਆਦਾ ਜਿਹੜੇ ਬੰਦੇ ਨੇ ਸਾਡੇ ਉਹ ਅਪਲਾਈ ਕਰ ਚੁੱਕੇ ਨੇ, ਪਰ ਹਾਲੇ ਤੱਕ ਇਹਨਾਂ ਦਾ ਕੋਈ ਰਿਪਲਾਈ ਨਹੀਂ, ਰਿਸਪੋਂਸ ਨਹੀਂ ਆ ਰਿਹਾ। ਲੁਧਿਆਣਾ 'ਚ ਅੱਜ ਮੁੱਖ ਮੰਤਰੀ ਦੀ ਆਮਦ 'ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਕਾਰ ਨੇ ਜਿੱਥੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੂੰ ਮਿਲਵਾਉਣ ਦੀ ਗੱਲ ਕਹੀ ਤਾਂ ਉੱਥੇ ਹੀ ਕੁਝ ਮੁਲਾਜ਼ਮਾਂ ਦੇ ਵਿੱਚ ਇਸ ਬਾਬਤ ਧੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਕੱਚੇ ਕਰਮੀਆਂ ਨੇ ਕਿਹਾ ਕਿ 2 ਸਾਲ ਤੋਂ ਉਹ ਲਗਾਤਾਰ ਮਿਲਣ ਦਾ ਸਮਾਂ ਮੰਗ ਰਹੇ ਨੇ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਿਅਕਤ ਕਰ ਰਹੇ ਨੇ। ਕਿਹਾ ਕਿ ਅੱਜ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋ ਪਾਵੇਗੀ ਤਾਂ ਉਹ ਅੱਗੇ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਦੇਣਗੇ। ਉੱਧਰ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤੁਸੀਂ ਵੀ ਸੁਣੋ ਆਖਿਰ ਕੀ ਕਿਹਾ ਇਹਨਾਂ ਮੁਲਾਜ਼ਮਾਂ ਨੇ। ਸਰ ਸਾਨੂੰ ਆਪ ਸਰਕਾਰ ਜਦੋਂ ਆਪਾਂ ਇੱਕ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਕਿ ਸਾਡੀ ਸੁਣਵਾਈ ਹੋਏਗੀ ਅਤੇ ਪਰ ਇਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਦਿੱਤੀ। ਅਸੀਂ ਬਹੁਤ ਲੰਬੇ ਟਾਈਮ ਤੋਂ ਨੌਕਰੀਆਂ ਕਰ ਰਹੇ ਹਾਂ, 2003 ਤੋਂ ਲੱਗੇ ਹੋਏ ਹਾਂ, ਫਿਰ ਵੀ ਇਸ ਤਰ੍ਹਾਂ ਧੱਕੇ ਖਾ ਰਹੇ ਹਾਂ। ਹਰ ਸਰਕਾਰ ਸਾਨੂੰ ਕਹਿੰਦੀ ਹੈ ਕਿ ਅਸੀਂ ਪੱਕੇ ਕਰਾਂਗੇ, ਪਿਛਲੀ ਸਰਕਾਰ ਕਹਿੰਦੀ ਸੀ 36,000 ਮੁਲਾਜ਼ਮ ਅਸੀਂ ਪੱਕੇ ਕਰਾਂਗੇ, ਪਰ ਉਹਨਾਂ 'ਚੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਔਰ ਅਸੀਂ ਵੀ ਇਸ ਸਰਕਾਰ ਤੋਂ ਸਾਨੂੰ ਉਮੀਦ ਸੀਗੀ ਕਿ ਸਾਨੂੰ ਕੁਛ ਨਾ ਕੁਛ ਮਿਲੇਗਾ, ਲੇਕਿਨ ਨਾ ਤਾਂ ਇਹਨਾਂ ਨੇ 20% ਵਾਧਾ ਕਿਹਾ ਸੀਗਾ, ਜਿਹੜੇ ਬਾਕੀ ਮੁਲਾਜ਼ਮਾਂ ਨੂੰ ਮਿਲ ਰਿਹਾ ਸਾਨੂੰ ਨਹੀਂ ਮਿਲ ਰਿਹਾ। ਸਰ ਅਸੀਂ ਲਗਾਤਾਰ 7 ਸਾਲਾਂ ਤੋਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ ਏ ਮੋਟੀਵੇਟਰ ਦੀ ਸੇਵਾ ਨਿਭਾ ਰਹੇ ਹਾਂ, ਜਿਹਦੇ ਵਿੱਚ ਘਰ ਘਰ ਪਾਣੀ, ਸਾਫ਼ ਸੁਥਰਾ ਪਾਣੀ, ਵਿਦਾਊਟ ਟੈਪਸ, ਪਾਣੀ ਦੀ ਸਹੀ ਤਰੀਕੇ ਨਾਲ ਪਿੰਡਾਂ ਸੁਚਾਰੂ ਜੋ ਵੀ ਹੈਗੀ ਆ ਉਹਦੀ ਸਪਲਾਈ ਕਰਨੀ, ਲੀਕੇਜ ਨੂੰ ਬੰਦ ਕਰਨਾ, ਸਕੂਲਾਂ ਦੇ ਵਿੱਚ ਹੈਂਡ ਵਾਸ਼ ਦੀ ਬੱਚਿਆਂ ਨੂੰ ਆਪਣੇ ਉਹਦੀ ਜਾਣਕਾਰੀ ਦੇਣੀ, ਖੁੱਲ੍ਹੇ 'ਚ ਸ਼ੌਚ ਮੁਕਤ ਹੋ ਗਿਆ ਜਿਹੜਾ ਭਾਰਤ ਸਰਕਾਰ ਦਾ, ਜਿਹੜਾ ਘਰ ਘਰ ਜਿਹੜੀਆਂ ਲੈਟਰੀਨਾਂ ਬਣਾਉਣੀ ਜਿਹੜੇ ਜਿਨ੍ਹਾਂ ਕੋਲ ਲੈਟਰੀਨਾਂ ਨਹੀਂ। ਸੋ ਉਹ ਵਰਕ ਅਸੀਂ 7 ਸਾਲਾਂ ਤੋਂ ਲਗਾਤਾਰ ਨਿਭਾ ਰਹੇ ਹਾਂ ਅਤੇ ਸਾਡੀਆਂ ਮੀਟਿੰਗਾਂ ਲਗਾਤਾਰ ਮਿਲ ਰਹੀਆਂ ਨੇ। ਪਿਛਲੇ ਲੋਹੜੀ ਤੋਂ ਲੈ ਕੇ ਲੋਹੜੀ ਨੂੰ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਸੀਗਾ ਜੀ 6000 ਟੀਚਰ ਅਤੇ 417 ਮੋਟੀਵੇਟਰ, 6000 ਟੀਚਰ ਅਤੇ 17 ਮੋਟੀਵੇਟਰ ਵੀ ਇਹਨਾਂ ਨੂੰ ਮਹਿਕਮੇ ਦੇ ਵਿੱਚ ਜਿਹੜੇ 6 ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋਣਗੇ। ਸੋ ਉਹ ਵੀ ਜਿਹੜੇ ਨੇ ਵਾਅਦੇ ਉਹ ਫੋਕੇ ਹੀ ਨਿਕਲ ਗਏ ਜੀ। ਲਗਾਤਾਰ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਅਤੇ ਕੋਈ ਹਾਲੇ ਤੱਕ ਸਾਡਾ ਹੱਲ ਨਹੀਂ ਨਿਕਲਿਆ, ਅਸੀਂ ਇਨਸੈਂਟਿਵ ਬੇਸ 'ਤੇ ਕੰਮ ਕਰ ਰਹੇ ਹਾਂ। ਅਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਮੀਟਿੰਗਾਂ ਹੁਣ ਇਹਨਾਂ ਨੇ ਜਨਵਰੀ 'ਚ 12 ਤਰੀਕ ਦੀ ਦਿੱਤੀ ਸੀ ਬਾਏ ਮੇਲ, ਉਹ ਕੈਂਸਲ ਕਰਤੀ, ਫਿਰ 19 ਦੀ ਦਿੱਤੀ, 19 ਦੀ ਕੈਂਸਲ ਕਰਤੀ। ਸੋ ਸਾਡਾ ਜਿਹੜਾ ਇਹ ਸੰਘਰਸ਼ ਆ ਇਹ ਸਾਡੇ ਘਰਾਂ ਦੇ ਹਾਲਾਤ ਨੂੰ ਦਰਸਾਉਂਦਾ। ਦੇਖੋ ਪੰਜਾਬ ਹਾਂਜੀ ਹਾਂਜੀ ਸਾਡੀ ਮੰਗਾਂ ਜੀ 144 ਸਾਡੇ ਜਿਹੜੇ ਹੈਗੇ ਨੇ ਜਿਹੜੇ ਮੋਟੀਵੇਟਰ ਜਿਨ੍ਹਾਂ ਦੀ ਗੂਗਲ ਸੀਟ 'ਤੇ ਹਾਲੇ ਤੱਕ ਨਾਂ ਨਹੀਂ ਉਹਨਾਂ ਦਾ ਇਹਨਾਂ ਨੇ ਮੈਂਸ਼ਨ ਕੀਤਾ, ਅਤੇ ਲੁਧਿਆਣੇ ਦੇ ਵਿੱਚ ਵਾਰ ਵਾਰ ਸਾਡੇ ਜਿਹੜੇ ਮੋਟੀਵੇਟਰ ਨੇ ਉਹ ਕੰਮ ਲਈ ਜਾਂਦੇ ਨੇ, ਉਹਨਾਂ ਨੂੰ ਕੰਮ ਨਹੀਂ ਦੇ ਰਹੇ। ਸੋ ਸਾਡਾ ਫਿਰ ਇਹਨਾਂ ਦਾ ਇਹ ਆ ਵੀ ਸਾਨੂੰ ਅਸੀਂ ਕੋਈ ਵੱਡੀ ਸਾਡੀ ਮੰਗ ਨਹੀਂ ਵੀ ਮਹਿਕਮੇ 'ਚ ਮਰਜ਼ ਕਰਕੇ ਸਾਨੂੰ TC ਰੇਟ ਤਨਖਾਹ ਲਾਈ ਜਾਵੇ, ਤਾਂ ਕਿ ਅਸੀਂ ਹੁਣ ਦੇਖੋ ਸਾਡੀ ਏਜ ਦੇ ਅਸੀਂ ਤਕਾਜੇ ਨਾਲ ਅਸੀਂ ਉਮਰ ਦੇ ਕੰਢੇ 'ਤੇ ਵੀ ਐਸ ਪਹੁੰਚ ਗਏ ਵੀ ਅਸੀਂ ਹੋਰ ਕਿਤੇ ਕੰਮ ਵੀ ਨਹੀਂ ਕਰ ਸਕਦੇ, ਤੁਸੀਂ ਵਾਲ ਦੇਖੋਗੇ ਸਾਡੇ ਸਾਰੇ ਚਿੱਟੇ ਹੋ ਚੱਲੇ ਨੇ। ਮੇਰਾ ਨਾਂ ਜਸਵੀਰ ਸਿੰਘ ਦਿਓਲਾ ਜੀ, ਸਾਡੀ ਹੈਲਥ ਡਿਪਾਰਟਮੈਂਟ ਦੀ
ਪੰਜਾਬ ਸਟੇਟ ਏਡ ਕੰਟਰੋਲ ਸੋਸਾਇਟੀ ਦੇ ਅੰਦਰ ਕੰਮ ਕਰਨ ਵਾਲੇ ਜਿਹੜੇ ਕਾਮੇ ਨੇ 750 ਤੋਂ ਜ਼ਿਆਦਾ ਕਾਮੇ ਨੇ ਜਿਹੜੇ 25 ਸਾਲ ਤੋਂ ਜਿਹੜੀਆਂ ਸੇਵਾਵਾਂ ਨੇ ਅਨਿਵਾਰ ਨੇ ਪੰਜਾਬ ਸਰਕਾਰ ਦੇ ਅਧੀਨ ਨੇ ਜਿਹੜੇ 25 ਸਾਲ ਤੋਂ ਜ਼ਿਆਦਾ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਹੈਲਥ ਡਿਪਾਰਟਮੈਂਟ ਦੇ ਵਿੱਚ HIV ਅਤੇ ਏਡਜ਼ ਨਸ਼ੇ ਦੇ ਰੋਗੀਆਂ ਨੂੰ ਦਵਾਈ ਦੇਣਾ ਗੁਪਤ ਰੋਗਾਂ ਦਾ ਬਲੱਡ ਬੈਂਕਾਂ ਦੇ ਵਿੱਚ ਇਹ ਸਾਰੇ HIV ਦਾ ਕੰਮ ਜਿਹੜਾ ਪੰਜਾਬ ਦੇ ਵਿੱਚ ਸੋਹਰੇ ਸਾਰੇ ਸਾਡੇ ਵਰਕਰ ਕਰ ਰਹੇ ਨੇ ਔਰ 1999 ਤੋਂ ਇਹ ਸੋਸਾਇਟੀ ਹੈ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਕੰਮ ਕਰ ਰਹੀ ਆ 750 ਮੁਲਾਜ਼ਮ ਹੈ ਅਤੇ ਹੁਣ ਜਿਹੜੇ 10 ਸਾਲਾਂ ਦਾ ਪੋਰਟਲ ਭਰਿਆ ਉਹਦੇ ਵਿੱਚ ਵੀ 210 ਤੋਂ ਜ਼ਿਆਦਾ ਜਿਹੜੇ ਬੰਦੇ ਨੇ ਸਾਡੇ ਉਹ ਅਪਲਾਈ ਕਰ ਚੁੱਕੇ ਨੇ ਪਰ ਹਾਲੇ ਤੱਕ ਇਹਨਾਂ ਦਾ ਕੋਈ ਰਿਪਲਾਈ ਨਹੀਂ ਰਿਸਪੋਂਸ ਨਹੀਂ ਆ ਰਿਹਾ ਇਸ ਤੋਂ ਇਲਾਵਾ ਸਰ ਇਲੈਕਸ਼ਨ ਹੋਣ ਤੋਂ ਪਹਿਲਾਂ ਆਪ ਸਰਕਾਰ ਦੇ ਜਿਹੜੇ ਦਿੱਲੀ ਦੇ ਆਪ ਦੇ ਸੰਸਦ ਸੀਗੇ ਸੁਸ਼ੀਲ ਕੁਮਾਰ ਜੀ ਉਹ ਸਾਡੇ ਕੋਲ ਇਲੈਕਸ਼ਨ ਤੋਂ ਪਹਿਲਾਂ BIP ਹਾਊਸ ਪਟਿਆਲਾ ਦੇ ਵਿੱਚ ਆ ਕੇ ਕਹਿੰਦੇ ਫੋਟੋ ਲੱਗੇ ਹੋਏ ਨੇ ਗਵਰਨਰ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਨੇ ਆ ਕੇ ਸਾਡਾ ਵਾਅਦਾ ਕੀਤਾ ਸੀ ਕਿ ਕਿਉਂਕਿ ਪੰਜਾਬ ਸਰਕਾਰ ਆਪ ਆ ਦਿੱਲੀ ਬੇਸ 'ਤੇ ਕੰਮ ਕਰ ਰਹੀ ਆ ਔਰ ਦਿੱਲੀ ਦੇ ਆਧਾਰ 'ਤੇ ਸਾਨੂੰ 20% ਤਨਖਾਹ ਦੇ ਵਿੱਚ ਵਾਧਾ ਦੇਣ ਦੀ ਉਹਨਾਂ ਨੇ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਉਹ ਸਾਡਾ ਆਪਣੇ ਨਾਲ ਵਾਅਦਾ ਨਹੀਂ ਨਿਭਾਇਆ ਔਰ ਸਾਡੀ ਜਿਹੜੀ ਤੀਸਰੀ ਸਭ ਤੋਂ ਵੱਡੀ ਮੰਗ ਆ ਹੁਣ 4 ਜਨਵਰੀ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਸੀਗਾ ਇਹ ਸਾਰੇ 200 ਤੋਂ ਜ਼ਿਆਦਾ ਬੰਦਿਆਂ ਨੇ ਉਹ ਡਿਪਾਰਟਮੈਂਟ ਦੇ ਵਿੱਚ ਇੱਕ ਮੈਡੀਕਲ ਅਫਸਰ ਦੇ ਖਿਲਾਫ ਲਿਖ ਕੇ ਦਿੱਤਾ ਸੀਗਾ ਉਸਦਾ ਤਬਾਦਲੇ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਦਫ਼ਤਰ ਸਿਹਤ ਮੰਤਰੀ ਨੂੰ ਉਹ ਮੰਗਾਂ ਅਸੀਂ ਲਿਖ ਕੇ ਦੇ ਕੇ ਆਏ ਖੁਦ ਜਾ ਕੇ ਦੇ ਕੇ ਆਏ ਪਰੰਤੂ ਹਜੇ ਤੱਕ ਉਸ 'ਤੇ ਕੋਈ ਗੌਰ ਨਹੀਂ ਹੋਇਆ ਹੈਗਾ ਸੋ ਇਹ ਸਾਡੀਆਂ 3 ਮੰਗਾਂ ਦੇ ਆਧਾਰ ਦੇ ਉੱਤੇ 20 ਤੋਂ 25 ਮੀਟਿੰਗਾਂ ਨੇ OSDCM ਦੇ ਨਾਲ ਮੁੱਖ ਮੰਤਰੀ ਦੇ ਨਾਲ ਦਫ਼ਤਰ ਦੇ ਵਿੱਚ ਅਤੇ ਈਵਨ HM ਦੇ ਨਾਲ ਹੋ ਚੁੱਕੀਆਂ ਨੇ ਪਰੰਤੂ ਹਜੇ ਤੱਕ ਕੋਈ ਹੱਲ ਦਾ ਵਿਸ਼ਵਾਸ ਹੀ ਦਿੰਦੇ ਨੇ ਪਰੰਤੂ ਹਜੇ ਤੱਕ ਹੱਲ ਕੋਈ ਨਹੀਂ ਕੱਢਿਆ ਡਿਪਾਰਟਮੈਂਟ ਦੇ ਜਿਹੜੀ ਮੈਂਬਰ ਸਾਹਿਬਾਨ ਹੈਗੀਆਂ ਇਹਨਾਂ ਦੀਆਂ ਕੁਛ ਆਪਣੀ ਨਿੱਜੀ ਡਿਮਾਂਡਸ ਹੈ ਜਿਹੜੀਆਂ ਆਲਰੇਡੀ ਪਹਿਲਾਂ ਚੱਲ ਰਹੀਆਂ ਸੀ ਅਤੇ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੇ 4 ਨੁਮਾਇੰਦਿਆਂ ਨੂੰ ਅਸੀਂ ਜਿਹੜਾ CM ਸਾਹਿਬ ਤੋਂ ਟਾਈਮ ਲੈ ਕੇ ਅਤੇ ਇਹਨਾਂ ਨੂੰ ਬੁਲਾਉਂਦੇ ਹਾਂ ਅਤੇ ਜੋ ਇਹਨਾਂ ਦੀ ਕੋਈ ਪ੍ਰੋਬਲਮ ਹੈ ਗਾਂ ਉੱਪਰ ਸੁਣਨਗੇ ਆ ਜਿਹੜੀ ਕਿ ਡਿਊਟੀ ਲਾਈ ਹੋਈ ਇਹਨਾਂ ਨੇ ਕਿਹਾ ਅਤੇ ਭਰੋਸੇ ਕਰਕੇ ਸਾਡੇ ਨਾਲ ਸਭ ਇੱਥੇ ਹੀ ਰੁਕਣਗੇ ਇਹਨਾਂ ਨੂੰ ਮਿਲ ਜਾਣਗੇ ਇਹਨਾਂ ਦੇ ਸਾਥੀ ਹੈ ਸਾਰੇ ਨੌਕਰੀ ਪੇਸ਼ੇ ਵਾਲੇ ਬੰਦੇ ਹੈ ਡਿਸਿਪਲਿਨ 'ਚ ਰਹਿਣ ਵਾਲੇ ਹੈ ਅਤੇ ਉਹ ਤੋਂ ਬਾਅਦ ਇਹ ਆਪਣੇ ਆਪ ਡਿਸਪਰਸ ਹੋ ਜਾਣਗੇ।